ਸੰਦਰਨਜੀਤ ਸਿੰਘ ਢੱਡਰੀਆਂਵਾਲੇ ਅਤੇ ਦਮਦਮੀ ਟਕਸਾਲ ਮੁਖੀ ਨਾਮ ਸਿੰਘ ਧੁੰਮਾ ਵਿਚਾਲੇ ਜਾਰੀ ਵਿਵਾਦ ਨੂੰ ਹੱਲ ਕਰਨ ਸੰਬੰਧੀ ਭਲਕੇ ਐਸਜੀਪੀਸੀ ਨੇ ਸੱਦੀ ਬੈਠਕ, ਸੰਤਾਂ ਵਿਚਾਲੇ ਵਾਧਾ ਟਕਰਾਅ ਕਿਵੇਂ ਕਰਵਾਇਆ ਜਾਵੇ ਖਤਮ, ਮੀਟਿੰਗ 'ਚ ਹੋਵੇਗੀ ਚਰਚਾ। ਸੰਤ ਢੱਡਰੀਆਂਵਾਲੇ ਦੇ ਹਮਾਇਤੀਆਂ ਦਾ ਸਾਰੇ ਜ਼ਿਲ੍ਹਿਆਂ 'ਚ ਰੋਸ ਮੁਜ਼ਾਹਰਾ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਸੀਬੀਆਈ ਜਾਂਚ ਦੀ ਕੀਤੀ ਮੰਗ। 17 ਮਈ ਨੂੰ ਲੁਧਿਆਣਾ ਨੇੜੇ ਸੰਤ ਢੱਡਰੀਆਂਵਾਲੇ ਦੇ ਕਾਫਲੇ ਉੱਤੇ ਹੋਇਆ ਸੀ ਜਾਨਲੇਵਾ ਹਮਲਾ। ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਲੁਧਿਆਣਾ ਦੇ DMC ਹਸਪਤਾਲ ਤੋਂ ਪੁਲਿਸ ਸੁਰੱਖਿਆ ਵਿੱਚ ਕੀਤਾ ਗਿਆ ਡਿਸਚਾਰਜ, ਪਰ ਬਾਪੂ ਸੂਰਤ ਸਿੰਘ ਖਾਲਸਾ ਨੇ ਹਸਪਤਾਲ ਤੋਂ ਜਾਣ ਤੋਂ ਕੀਤਾ ਇਨਕਾਰ, ਕਿਹਾ ਪੁਲਿਸ ਦੇਵੇ ਅਦਾਲਤ ਵਿੱਚ ਜਵਾਬ ਕਿ ਮੈਨੂੰ ਇੰਨੇ ਦਿਨ ਬੰਦੀ ਬਣਾ ਕੇ ਕਿਉਂ ਰੱਖਿਆ। ਕਾਂਗਰਸੀ ਆਗੂ ਅੰਬਿਕਾ ਸੋਨੀ ਨੇ ਰਾਜ ਸਭਾ ਲਈ ਭਰੀ ਨਾਮਜ਼ਦਗੀ, ਅੰਬਿਕਾ ਸੋਨੀ ਰਾਜ ਸਭਾ ਜਾਣਾ ਤਕਰੀਬਨ ਤੈਅ। ਸ਼ਕੀਲ ਅਹਿਮਦ, ਕੈਪਟਨ ਅਮਰਿੰਦਰ ਸਿੰਘ ਸਣੇ ਪੰਜਾਬ ਕਾਂਗਰਸ ਦੇ ਕਈ ਆਗੂ ਰਹੇ ਮੌਜੂਦ। ਚੌਧਰੀ ਬਰਿੰਦਰ ਸਿੰਘ ਨੇ ਵੀ ਰਾਜ ਸਭਾ ਲਈ ਦਾਖਲ ਕੀਤੀ ਨਾਮਜ਼ਦਗੀ, ਬਰਿੰਦਰ ਸਿੰਘ ਨੂੰ BJP ਨੇ ਹਰਿਆਣਾ ਤੋਂ ਬਣਾਇਆ ਆਪਣਾ ਉਮੀਦਵਾਰ। ਹਰਿਆਣਾ ਤੋਂ ਰਾਜ ਸਭਾ ਦੇ ਲਈ ਆਜ਼ਾਦ ਉਮੀਦਵਾਰ ਦੇ ਤੌਰ ਉੱਤੇ ਕੱਲ੍ਹ ਨਾਮਜ਼ਦਗੀ ਭਰਨਗੇ ਡਾਕਟਰ ਸੁਭਾਸ਼ ਚੰਦਰਾ। BJP ਸਣੇ ਕਈ ਪਾਰਟੀਆਂ ਅਤੇ ਕਈ ਵਿਧਾਇਕਾਂ ਦਾ ਡਾਕਟਰ ਚੰਦਰਾ ਨੂੰ ਸਮਰਥਨ। ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ਤੋਂ ਇੰਟਰਨੈਸ਼ਨਲ ਉਡਾਨਾਂ ਸ਼ੁਰੂ ਨਾ ਹੋਣ ਦੇ ਮਾਮਲੇ ਵਿੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਪਾਈ ਝਾੜ, ਪੁੱਛਿਆ ਪੰਜਾਬ ਹਰਿਆਣਾ ਨਾਲ ਮਤਰੇਆ ਵਤੀਰਾ ਕਿਉਂ। ਹਵਾਬਾਜ਼ੀ ਮੰਤਰਾਲੇ ਨੇ ਦਿੱਤਾ ਜਵਾਬ, ਸੂਬੇ ਨੂੰ ਮਿਲਦਾ ਉਹਨਾਂ ਦਾ ਹੱਕ, ਅਗਲੀ ਸੁਣਵਾਈ 20 ਜੁਲਾਈ। ਹਰਿਆਣਾ ਜਾਟ ਅੰਦੋਲਨ ਤੇ ਮੁਰਥਲ ਕਥਿਤ ਰੇਪ ਮਾਮਲਾ SIT ਨੇ ਹਾਈ ਕੋਰਟ 'ਚ ਸੌਂਪੀ ਰਿਪੋਰਟ, MX ਕਿਊਰੀ ਨੇ ਜਾਂਚ ਰਿਪੋਰਟ 'ਤੇ ਚੁੱਕੇ ਸਵਾਲ, ਮਾਮਲੇ ਦੀ ਅਗਲੀ ਸੁਣਵਾਈ 1 ਜੂਨ। ਪ੍ਰਾਈਵੇਟ ਸਕੂਲਾਂ ਵੱਲੋਂ ਮਨਮਾਨੇ ਢੰਗ ਨਾਲ ਫੀਸਾਂ ਵਧਾਏ ਜਾਣ ਦੇ ਖਿਲਾਫ਼ ਪੇਰੈਂਟਸ ਐਂਡ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਅੰਮ੍ਰਿਤਸਰ 'ਚ DC ਦਫ਼ਤਰ ਅੱਗੇ ਸ਼ੁਰੂ ਕੀਤਾ ਅਣਮਿੱਥੇ ਸਮੇਂ ਲਈ ਧਰਨਾ। ਨੁਮਾਇੰਦਿਆਂ ਨੇ ਲਗਾਇਆ ਇਲਜ਼ਾਮ, DC ਵੱਲੋਂ ਜਾਰੀ ਕੀਤਾ ਗਿਆ ਸਰਕੂਲਰ ਹੁਣ ਤੱਕ ਨਹੀਂ ਹੋਇਆ ਲਾਗੂ।